ਕਿ ਜਿਹੜਾ ਅਹਿਮਦ ਦੀਦਾਰ ਦਾ ਕੀਦਾ ਉਹ ਹੀ ਮਿਰਜ਼ਾ ਸਾਹਿਬ ਦਾ ਕੀਦਾ ਹੈ, ਯਾਨੀ ਕਿ ਅਹਿਮਦ ਦੀਦਾਰ ਨੇ ਆਪਣਾ ਕੀਦਾ ਮਿਰਜ਼ਾ ਸਾਹਿਬ ਕੋਲ ਲਿਆ ਹੋਇਆ। ਅਸਲ ਵਿੱਚ ਗੱਲ ਇਹ ਹੈ ਨਾ, ਮੈਂ ਉਹ ਵੀਡੀਓ ਸਾਰੀਆਂ ਸੈਂਡ ਕਰ ਦੇਣਾ ਗਰੁੱਪ ਵਿੱਚ ਵੀ। ਅਸਲ ਗੱਲ ਇਹ ਹੈ ਕਿ ਸਾਨੂੰ ਜਿਹੜੀ ਗੱਲ ਕਹੀ ਗਈ ਹੈ ਨਾ, ਅਸੀਂ ਉਸ ਤੋਂ ਅੱਗੇ ਪਿੱਛੇ ਜਾਣਾ ਬਹੁਤ ਹਨ ਮੇਰੇ ਜ਼ਹਿਨ ਵਿੱਚ, ਠੀਕ ਹੈ ਜੀ ਜੀ, ਲੇਕਿਨ ਜਿੰਨਾ ਮੁਰਸ਼ਦ ਨੇ ਕਿਹਾ ਹੈ ਨਾ, ਅਸੀਂ ਉਸ ਤੋਂ ਅੱਗੇ ਪਿੱਛੇ ਹੋ ਨਹੀਂ ਸਕਦੇ। ਕਸਮ ਹੈ ਬਾਬਾ ਮੈਨੂੰ ਲੱਭ ਜੇ ਨਾ, ਬਾਬਾ ਚੀਕਾ ਨਾ ਮਾਰੇ ਤੇ ਫਿਰ ਮੈਨੂੰ ਆ ਕੇ ਅੱਛਾ ਹੈ ਅੱਛਾ ਹੈ ਤੁਹਾਨੂੰ ਨਹੀਂ ਲੱਭਾ। ਇੱਕ ਹੋਰ ਗੱਲ ਹੈ, ਇੱਕ ਹੋਰ ਗੱਲ ਹੈ ਕਿ ਅੱਜ ਵੀ ਤੁਸੀਂ ਦੇਖੋ ਨਾ, ਤੇ ਸਲੀਬ ਤੇ ਜਿਹੜਾ ਮੁਜੱਸਮਾ ਹੁੰਦਾ ਹੈ ਉਹ ਨੰਗਾ ਹੁੰਦਾ ਹੈ। ਇਹ ਇਸ ਚੀਜ਼ ਦੀ ਵਾਜ਼ਿਹ ਦਲੀਲ ਹੈ ਕਿ ਉਸ ਵੇਲੇ ਸਲੀਬ ਇਸੇ ਤਰ੍ਹਾਂ ਦਿੱਤੀ ਜਾਂਦੀ ਸੀ। ਉਹ ਅਬਦੁੱਲਾ ਭਾਈ ਹੈ, ਇਹ ਇਹ ਅਕੀਦੇ ਦੀ ਗੱਲ ਨਹੀਂ ਹੈ, ਇਹ ਅਕੀਦੇ ਦੀ ਗੱਲ ਨਹੀਂ ਹੈ ਕਿ ਉਹਨਾਂ ਨੂੰ ਨਾਊਜ਼ ਬਿੱਲਾ ਨੰਗਾ ਸੀ ਜਾਂ ਕੱਪੜੇ ਪਾਏ ਸੀ ਜਾਂ ਜੋ। ਕੁਰਾਨ ਪਾਕ ਦਾ ਅਕੀਦਾ ਕੀ ਹੈ ਉਹ ਗੱਲ ਕਰੋ। ਇੱਕ ਕੰਮ ਤੇ ਕਰੋ ਨਾ ਛੋਟਾ ਜਿਹਾ, ਜਿੰਨੀ ਦੇਰ ਮੈਂ ਕੋਈ ਲੰਗਰ ਪਾਣੀ ਕਰਾਂ, ਉਹ ਜਿਹੜਾ ਉਹਨੇ ਤੈਰੁਲ ਕਾਦਰੀ ਸਾਹਿਬ ਤੇ ਇਲਜ਼ਾਮ ਲਗਾਇਆ ਕੁਛ ਲੋਕਾਂ ਦਾ ਖਿਆਲ ਹੈ ਕਿ ਹਜ਼ਰਤ ਈਸਾ ਅਲੈਹ ਸਲਾਮ ਜਿਹੜੇ ਨੇ ਉਹ ਇਸ ਤਰਫ ਹਿੰਦੁਸਤਾਨ ਦੀ ਤਰਫ ਆਏ ਹੋਏ ਨੇ, ਇਹ ਕਿਤਾਬ ਦਾ ਹਵਾਲਾ ਵੀ ਉਹਨਾਂ ਦਿੱਤਾ ਹੋਇਆ। ਉਹ ਆਪਣੀ ਗੱਲ ਨਹੀਂ ਕਰ ਰਹੇ, ਉਹ ਇਹ ਨਹੀਂ ਕਹਿ ਰਹੇ ਕਿ ਮੇਰਾ ਇਹ ਮਾਨਣਾ ਹੈ, ਉਹ ਕਿਸੇ ਕਿਤਾਬ ਦਾ ਰੈਫਰੈਂਸ ਦੇ ਕੇ ਉਹ ਗੱਲ ਕੋਟ ਕਰ ਰਹੇ ਨੇ ਕਿ ਹਜ਼ਰਤ ਈਸਾ ਅਲੈਹ ਸਲਾਮ ਦੇ ਬਾਰੇ ਵਿੱਚ ਕਿਸੇ ਕਿਤਾਬ ਦੇ ਵਿੱਚ ਲਿਖਿਆ ਹੋਇਆ ਕਿ ਉਹ ਹਿੰਦੁਸਤਾਨ ਆਏ ਸਨ। ਉਹਦੇ ਵਿੱਚ ਇੱਕ ਕਤਲ ਨਹੀਂ ਲਿਖਿਆ ਹੋਇਆ ਕਿ ਉਹਨਾਂ ਦੀ ਸਲੀਬ ਦੇ ਵਾਕੇ ਤੋਂ ਬਾਅਦ ਆਏ ਸਨ। ਉਹ ਮਿਰਜ਼ਾ ਸਾਹਿਬ ਨੇ ਵੀ ਕਿਸੇ ਕੋਲੋਂ ਜਰਮਨੀ ਦੇ ਜਾਂ ਕਿਸੇ ਕ੍ਰਿਸਚਨ ਕੋਲੋਂ ਇਹ ਇਹ ਜਿਹੜੀ ਹੈ ਗੱਲ ਲਈ ਹੋਈ ਹੈ ਕਿ ਉਹ ਕਸ਼ਮੀਰ ਆਏ ਸਨ। ਤੇ ਜਿਹੜੀ ਚਵਲ ਉਹਨੇ ਕੱਢ ਮਾਰੀ ਹੈ, ਜਿਹੜੀ ਆਖਰੀ ਗੱਲ ਕਰ ਲੈਂਦਾ, ਜਿਹੜੀ ਚਵਲ ਇਹਨੇ ਕੱਢ ਮਾਰੀ ਹੈ ਨਾਊਜ਼ ਬਿੱਲਾ ਕੁਰਾਨ ਪਾਕ ਦੇ ਉੱਤੇ ਝੂਠ ਬੋਲਿਆ ਇਹਨੇ ਮੀਰ ਲਤੀਫ ਨੇ। ਅਸਲਾਮੁਅਲੈਕੁਮ, ਕੰਨ ਪਾੜ ਕੇ ਬੜੀ ਖਤਰਨਾਕ ਆਵਾਜ਼ ਆਉਂਦੀ ਹੈ। ਹਫਾਜ਼ਤ ਵਾਸਤੇ ਰੱਖੀਏ, ਤੁਸੀਂ ਹੁਣ ਕੀ ਚਾਹੁੰਦੇ ਹੋ, ਕੀ ਕਰੀਏ ਅਸੀਂ? ਯਾਰ ਪਹਿਲੇ ਤੁਹਾਡੀ ਆਵਾਜ਼ ਇਤਨੀ ਅੱਛੀ ਆਉਂਦੀ ਹੈ। ਫੇਰ ਦੱਸਣਾ ਯਾਰ ਰਾਜੇ ਨੂੰ ਕਿ ਉਹ ਨਿਕਲੇ ਸਵਿਚ ਕੋਲੋਂ ਨਾ ਅਕੀਦਾ ਲਿਆ ਕਸ਼ਮੀਰ ਵਾਲਾ, ਜਿਹੜਾ ਅਕੀਦਾ ਹੈ ਨਾ ਉਹ ਬੁੱਕ ਮੈਂ ਸੈਂਡ ਕੀਤੀ ਹੈ, ਜਿਹੜਾ ਉਹਦੇ 'ਤੇ ਸਟੱਡੀ ਕਰ ਲਵੋ। ਉਹਨੇ ਉਹ ਲਿਖਿਆ ਸੀ 1874 ਦੇ ਵਿੱਚ, ਉਹਨੇ ਲਿਖਿਆ ਸੀ ਨਿਕੋਲਸ ਵਿੱਚ ਨੇ। ਉਹਦੀ ਬੁੱਕ ਵੀ ਮੈਂ ਨਾ ਤੁਹਾਨੂੰ ਹੁਣ ਸੈਂਡ ਕਰਨਾ। ਉਹ ਜੀ ਮੈਂ ਤਾਰੁਲ ਕਾਦਰੀ ਸਾਹਿਬ, ਤਾਰੁਲ ਕਾਦਰੀ ਸਾਹਿਬ ਦਾ ਵੀ ਸ਼ੁਰੂ ਸ਼ੁਰੂ 'ਚ ਦਿਲ ਕਰਦਾ ਸੀ ਮਸੀਹ ਮੌਤ ਬਣਨੇ 'ਤੇ, ਹੋ ਸਕਦਾ ਉਹਨਾਂ ਨੇ ਕਿਤੇ ਲਿਖ ਦਿੱਤਾ ਹੋਵੇ। ਮਲਕ ਸਾਹਿਬ ਗੱਲ ਠੀਕ ਹੈ ਮੇਰੀ?